ਅੰਮ੍ਰਿਤਸਰ ਦਾ ਰਹਿਨਾਮਾ ਹੈ ਉਸ ਨੂੰ ਮੈਂ ਪੜਿਆ ਕਿ ਕੀ ਇੱਕ ਸਹਿਤਾਰੀ ਸਿੱਖ ਗੁਰਬਾਣੀ ਉੱਪਰ ਸਹਿਤਾ ਹੈ ਜਾਂ ਨਹੀਂ ਪ੍ਰਦੇਸ਼ਾਂ ਦੇ ਵਿੱਚ ਜੋ ਦਸਾਂ ਪਾਤਸ਼ਾਹ ਨੇ ਬਾਣਾ ਬਖਸ਼ਿਆ ਹੈ ਉਹਨੂੰ ਹਰ ਬੰਦਾ ਅਪਣਾਉਣਾ ਚਾਹੁੰਦਾ ਹੈ ਲੇਕਿਨ ਪ੍ਰਦੇਸ਼ਾਂ ਦੇ ਕੁਛ ਰੂਲ ਜਿਸ ਕੰਪਨੀ ਵਿੱਚ ਮੈਂ ਕੰਮ ਕਰਦਾ ਉਹ ਇੱਕ ਗਵਰਨਮੈਂਟ ਕੰਪਨੀ ਹੈ ਉੱਥੇ ਬਹੁਤ ਸਾਰੀਆਂ ਬੰਦਸ਼ਾਂ ਨੇ ਹੈਲਥ ਐਂਡ ਸੇਫਟੀ ਦਾ ਰੂਲ ਜਿਹੜਾ ਹੈ ਉਹ ਕਿਰਪਾਨ ਪਾਉਣ ਵਾਸਤੇ ਨਹੀਂ ਕਹਿੰਦਾ ਕਿਉਂਕਿ ਉਹਨੂੰ ਮੈਂਬਰ ਕਹਿੰਦੇ ਨੇ ਸੋ ਮੈਂ ਸਮਝਦਾ ਹਾਂ ਕਿ ਬਾਣੀ ਪੜ੍ਹਨ ਤੋਂ ਬਾਅਦ ਇਸ ਗੱਲ ਦਾ ਮੈਨੂੰ ਅਹਿਸਾਸ ਹੋਇਆ ਕਿ ਬਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਚੌਹਾਂ ਵਰਨਾਂ ਨੂੰ ਉਪਦੇਸ਼ ਦਿੱਤਾ ਖੱਤਰੀ ਬ੍ਰਾਹਮਣ ਸੂਰ ਅਤੇ ਵੈਰਾ ਕੋਈ ਇਨਸਾਨ ਚਾਹੇ ਕਿਸੇ ਧਰਮ ਦਾ ਵੀ ਹੋਵੇ ਉਹ ਬਾਣੀ ਨੂੰ ਪੜ੍ਹ ਸਕਦਾ ਹੈ ਬਾਣੀ ਦੇ ਵਿੱਚੋਂ ਜੋ ਕੁਛ ਮੈਨੂੰ ਮਿਲਿਆ ਹੈ ਮੈਂ ਉਹ ਆਪਣੀ ਨਾਲ ਸਾਂਝਾ ਨਹੀਂ ਕਰ ਸਕਦਾ ਕਿਉਂਕਿ ਬਾਣੀ ਦਾ ਸਿੱਧਾ ਹੀ ਜਿਹੜਾ ਸੰਪਰਕ ਹੈ ਸਾਡੀ ਆਤਮਾ ਦੇ ਨਾਲ ਹੈ ਬਾਣੀ ਦਾ ਫਰਮਾਨ ਹੈ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਵਿਚਾਰ ਜਿਹੜਾ ਸਾਡਾ ਵਾਹਵੇ ਰੂਪ ਦਿਸਦਾ ਹੈ ਬਾਣੀ ਦਾ ਇਸ ਨਾਲ ਕੋਈ ਤਾਕਤ ਨਹੀਂ ਹੈ ਕਿਉਂਕਿ ਸੰਸਾਰ ਜੋ ਹੈ ਇਹ ਤਿੰਨਾਂ ਗੁਣਾਂ ਦੇ ਵਿੱਚ ਵਿਚਰ ਰਿਹਾ ਹੈ ਉਹ ਗੁਣ ਹੈ ਰਜੋ ਤਮੋ ਅਤੇ ਸਤਵ ਬਾਣੀ ਚੌਥੇ ਪਦ ਦੀ ਭੂਮਿਕਾ ਹੈ ਜਿਹਨੂੰ ਤ੍ਰਿਆ ਪਦ ਕਹਿੰਦੇ ਨੇ ਉਹਦਾ ਤਾਲੁਕਾ ਬੰਦੇ ਦੇ ਜੋ ਇਹ ਬਾਹਰਲਾ ਪੱਖ ਹੈ ਉਹਦੇ ਨਾਲ ਨਹੀਂ ਬਲਕਿ ਬੰਦੇ ਦੇ ਸਰੂਪ ਨਾਲ ਹੈ ਕਿਉਂਕਿ ਅਕਾਲ ਪੁਰਖ ਦਾ ਰੂਪ ਸਰੂਪ ਹੈ ਜਪਤੀ ਸਾਹਿਬ ਵਿੱਚ ਮੂਲ ਮੰਤਰ ਵਿੱਚ ਅਕਾਲ ਪੁਰਖ ਦਾ ਕੀ ਸਰੂਪ ਹੈ ਉਹ ਦੱਸਿਆ ਹੈ ਜੋ ਗੁਰੂ ਪ੍ਰਸਾਦ ਦਾ ਗੁਰੂ ਦੀ ਕਿਰਪਾ ਨਾਲ ਬੰਦੇ ਨੂੰ ਹਾਸਲ ਹੋ ਸਕਦਾ ਹੈ ਰਹਿ ਰਸ ਜਦੋਂ ਕਰਦੇ ਹਾਂ ਤੇ ਉਸ ਵਿੱਚ ਸਭ ਤੋਂ ਪਹਿਲਾਂ ਸਲੋਕ ਪੜਿਆ ਜਾਂਦਾ ਹੈ ਹਰ ਜੁਗ ਜੁਗ ਭਗਤ ਪਾਇਆ ਵੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਥ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਜੋ ਮੁਕਲਾਇਆ ਜਨ ਨਾਮ ਇੱਕ ਐਸਾ ਹਾਸੇ ਹੋਇਆ ਅੰਤ ਲੈ ਛਡਾਇਆ ਸੋ ਪਰਮਾਤਮਾ ਦੇ ਨਾਮ ਨੇ ਹੀ ਬੰਦੇ ਦੇ ਨਾਲ ਜਾਣਾ ਹੈ ਜੋ ਇਹ ਅਸੀਂ ਕੰਮ ਕਰਦੇ ਹਾਂ ਕਰਮ ਐਕਚੁਅਲੀ ਬਣਦਾ ਹੈ ਕਿ ਬੰਦੇ ਦੇ ਮਨ ਬੁੱਧੀ ਚਿੱਤ ਆਤਮਾ ਅਤੇ ਹੰਕਾਰ ਇਹਦੇ ਨਾਲ ਜਾ ਕੇ ਕੰਮ ਬੰਦੇ ਦਾ ਬਣਦਾ ਹੈ ਚਾਹੇ ਉਹ ਬੰਦਾ ਸਹੀ ਕੰਮ ਕਰਦਾ ਹੈ ਚਾਹੇ ਗਲਤ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਦਾ ਫੈਸਲਾ ਹੁੰਦਾ ਹੈ ਕਿ ਉਸਨੇ ਚੰਗਾ ਕੰਮ ਕੀਤਾ ਜਾਂ ਮਾੜਾ ਸੋ ਮੈਂ ਸਮਝਦਾ ਹਾਂ ਕਿ ਅਸੀਂ ਸਾਰੇ ਜੋ ਸਿੱਖ ਜਗਤ ਨਾਲ ਨਿਕਲ ਹਾਂ ਜਿਸ ਨੂੰ ਵੀ ਕੁਛ ਨਹੀਂ ਉਹ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਮੰਨਦੇ ਹਾਂ ਅਸਲ ਦੇ ਵਿੱਚ ਹਕੀਕਤ ਇਹ ਹੈ ਮਾਫੀ ਚਾਹੁੰਦਾ ਹਾਂ ਗੁਰੂ ਗ੍ਰੰਥ ਸਾਹਿਬ ਦੀ ਸਿਰਫ ਅਸੀਂ ਸਤਿਕਾਰ ਕਰਦੇ ਹਾਂ ਅਸੀਂ ਮੰਨਦੇ ਨਹੀਂ ਔਰ ਜੋ ਗੁਰੂ ਮਹਾਰਾਜ ਦੇ ਉਪਦੇਸ਼ ਨੇ ਉਹਦੇ ਮੁਤਾਬਕ ਅਸੀਂ ਪੂਰੇ ਖਰੇ ਵੀ ਹਾਂ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਪਦੇਸ਼ਾਂ ਨੂੰ ਸਮਝਣ ਦੀ ਲੋੜ ਹੈ ਉਸ ਤੋਂ ਬਾਅਦ ਫਿਰ ਅਸੀਂ ਇਹ ਸਮਝੀਏ ਕਿ ਦਸਵੇਂ ਪਾਤਸ਼ਾਹ ਦੀ ਜੋ ਬਖਸ਼ਿਸ਼ ਹੈ ਅੰਮ੍ਰਿਤ ਦੀ ਦਾਤ ਉਸ ਤੋਂ ਬਾਅਦ ਅਸੀਂ ਉਹਦੇ ਹੱਕਦਾਰ ਹਾਂ ਮੰਦਾਵਣੀ ਮਤਲਬ ਪੰਜਵੇਂ ਦੇ ਵਿੱਚ ਜਿਵੇਂ ਕਿ ਲਿਖਿਆ ਕਿ ਥਾਲ ਮੁਕਤ ਵਸਤੂ ਕੋਈ ਸਭ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠੱਕ ਪੱਕ ਜਿਸ ਦਾ ਸਭ ਸਤਦਾਰੋ ਜੇ ਕੋਈ ਖਾਵੇ ਜੇ ਕੋਈ ਪੱਚੇ ਜਿਸ ਦਾ ਹੋਏ ਉਦਾਰ ਇਹ ਵਸਤ ਜੀ ਨਾ ਜਾਏ ਨਿਤ ਨਿਤ ਰੱਖਣ ਧਾਰੋ ਤਮ ਸੰਸਾਰ ਚਰ ਲਖਤ ਗਿਆ ਸਦਾ ਬ੍ਰਹਮ ਨਾਮ ਬ੍ਰਹਮ ਪ੍ਰਸਾਦ ਮਤਲਬ ਕਹਿਣ ਦਾ ਇਹ ਹੈ ਕਿ ਥਾਲ ਕੀ ਹੈ ਇਹ ਗੁਰੂ ਗ੍ਰੰਥ ਸਾਹਿਬ ਪੰਜਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਇਹ ਥਾਲ ਦੇ ਰੂਪ ਵਿੱਚ ਸਾਨੂੰ ਪਰੋਸਿਆ ਕੀ ਹੈ ਸੱਤ ਸੰਤੋਖ ਤੇ ਵਿਚਾਰ ਸੱਤ ਮਤਲਬ ਸੱਚ ਸੰਤੋਖ ਤੀਰਜਾ ਤੇ ਵਿਚਾਰ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ ਜਿਸ ਰੂਪ ਦੇ ਵਿੱਚ ਵੀ ਉਹ ਅਕਾਲ ਪੁਰਖ ਨੂੰ ਆਪ ਯਾਦ ਕਰੋਗੇ ਚਾਹੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਚਾਹੇ ਕ੍ਰਿਸ਼ਨ ਦੇ ਰੂਪ ਵਿੱਚ ਰਾਮ ਚੰਦਰ ਦੇ ਰੂਪ ਵਿੱਚ ਉਸ ਹੀ ਪਰਮਾਤਮਾ ਦੇ ਆਪ ਨੂੰ ਦਰਸ਼ਨ ਹੋਣਗੇ ਪਰਮਾਤਮਾ ਦੇ ਦੋ ਰੂਪ ਨੇ ਇੱਕ ਨਿਰਗੁਣ ਰੂਪ ਹੈ ਜਿਹੜਾ ਪ੍ਰਕਾਸ਼ ਹੈ ਤੇ ਇੱਕ ਸਰਗਣ ਰੂਪ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਤੋਂ ਲੈ ਕੇ ਦਸਵੇਂ ਪਾਤਸ਼ਾਹ ਆਪਣੇ ਸਾਹਮਣੇ ਹੈ ਅਸੀਂ ਕਿਸੇ ਵੀ ਰੂਪ ਵਿੱਚ ਉਹਨੂੰ ਯਾਦ ਕਰੀਏ ਅਕਾਲ ਪੁਰਖ ਨੂੰ ਅਸੀਂ ਉਹਨੂੰ ਮਿਲ ਸਕਦੇ ਹਾਂ ਸਾਨੂੰ ਸਭ ਤੋਂ ਪਹਿਲਾਂ ਜਾਣਨ ਦੀ ਇਹ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਇਹ ਐਕਚੁਅਲੀ ਬਾਣੀ ਹੈ ਕਿਹੜੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਪੰਜ ਪਾਤਸ਼ਾਹੀਆਂ ਅਤੇ ਨੌਵੇਂ ਪਾਤਸ਼ਾਹ ਦੀ ਬਾਣੀ ਵਰਜ ਹੈ ਅਤੇ ਦਸਵੇਂ ਪਾਤਸ਼ਾਹ ਦਾ ਸਿਰਫ ਇੱਕ ਦੋਹਰਾ ਹੈ ਜੋ 54 ਦੋਹਰਾ ਹੈ ਉਹ ਪਾਤਸ਼ਾਹ ਦੇ ਸਲੋਕਾਂ ਵਿੱਚ ਨੌਵੇਂ ਪਾਤਸ਼ਾਹ ਦੇ ਅਖੀਰ ਦੇ ਵਿੱਚ ਸਲੋਕ ਪੜ੍ਹੇ ਜਾਂਦੇ ਨੇ 55 ਸਲੋਕ ਨੇ ਉਹ ਉਸ ਤੋਂ ਬਾਅਦ ਮੰਦਾਵਣੀ ਮਾਲਾ ਸ਼ੁਰੂ ਹੁੰਦਾ ਹੈ ਅਤੇ ਰਾਗ ਮਾਲਾ ਸ਼ੁਰੂ ਹੁੰਦੀ ਹੈ ਸੋ ਮਤਲਬ ਕਹਿਣ ਤੋਂ ਇਹ ਹੈ ਸਭ ਤੋਂ ਪਹਿਲਾਂ ਹਰ ਸਿੱਖ ਨੂੰ
ਗੁਰੂ ਗ੍ਰੰਥ ਸਾਹਿਬ ਦਾ ਤਾਤਰਾ ਹੈ ਜੋ ਵਿਸ਼ਾ ਸੁੱਚੀ ਉਹਨੂੰ ਜਾਣਨ ਦੀ ਲੋੜ ਹੈ ਮੈਂ ਬਹੁਤਾ ਟਾਈਮ ਨਹੀਂ ਲਵਾਂਗਾ ਕਿਉਂਕਿ ਗਰਮੀ ਜ਼ਿਆਦਾ ਹੈ ਥੋੜ੍ਹੇ ਜਿਹੇ 5 ਮਿੰਟਾਂ ਦੇ ਵਿੱਚ ਹੀ ਮੈਂ ਸਮਾਪਤ ਕਰਾਂਗਾ ਸਿਰਫ ਇਹ ਗੱਲ ਦੱਸਾਂਗਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ ਜਪਜੀ ਸਾਹਿਬ ਤੋਂ ਦੂਜੀ ਬਾਣੀ ਰਹਿਰਾ ਸੌਂਦੀ ਹੈ ਅਤੇ ਤੀਜੀ ਕੀ ਤਰਸੋਲਾ ਉਸ ਤੋਂ ਬਾਅਦ ਰਾਗ ਸ਼ੁਰੂ ਹੁੰਦੇ ਨੇ ਬਾਣੀ ਦੇ ਵਿੱਚ ਸਭ ਤੋਂ ਜੋ ਪਹਿਲਾ ਰਾਗ ਹੈ ਸ੍ਰੀ ਰਾਗ ਕਿਹਾ ਗਿਆ ਤੋ ਇਸੇ ਤਰੀਕੇ ਨਾਲ 33 ਰਾਗ ਨੇ ਅਖੀਰਲਾ 33ਵਾਂ ਰਾਗ ਜੈ ਜੈ ਮੰਤੀ ਰਾਗ ਹੈ ਜਿਸ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਹੈ ਉਸ ਤੋਂ ਬਾਅਦ ਜਿਹੜੀ ਬਾਣੀ ਆਉਂਦੀ ਹੈ ਉਹ ਰਾਗ ਦਾ ਕੋਈ ਵੈਰ ਹੈ ਅਤੇ ਤੁਸੀਂ ਸਵੇਰ ਦੇ ਸਮੇਂ ਵਿੱਚ ਭਾਈ ਸਾਹਿਬਾਨਾਂ ਨੇ ਬਾਣੀ ਉਚਾਰਨ ਕੀਤੀ ਹੈ ਸਹਿਸਕ੍ਰਿਤੀ ਮਹੱਲਾ ਪਹਿਲਾ ਸਹਿਸਕ੍ਰਿਤੀ ਮਹੱਲਾ ਪੰਜਵਾਂ ਗਾਥਾ ਮਹੱਲਾ ਪੰਜਵਾਂ ਪੁਨਹਿ ਮਹੱਲਾ ਪੰਜਵਾਂ ਚੌਗੁਣੀ ਮਹੱਲਾ ਪੰਜਵਾਂ ਉਸ ਤੋਂ ਬਾਅਦ ਭਗਤ ਕਬੀਰ ਜੀ ਦੇ ਸਲੋਕ ਆਉਂਦੇ ਨੇ ਉਸ ਤੋਂ ਬਾਅਦ ਭਗਤ ਫਰੀਦ ਜੀ ਦੇ ਸਲੋਕ ਆਉਂਦੇ ਨੇ ਉਸ ਤੋਂ ਬਾਅਦ ਪੱਟਾਂ ਦੇ ਸਵਈਏ ਆਉਂਦੇ ਨੇ ਉਸ ਤੋਂ ਬਾਅਦ ਬਾਣੀ ਆਉਂਦੀ ਹੈ ਸਲੋਕ ਮਾਰ ਦੇ ਵਧੀਕ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਦੇ ਸਲੋਕ ਆਉਂਦੇ ਨੇ ਨੌਵੇਂ ਪਾਤਸ਼ਾਹ ਦੇ ਸਲੋਕ ਤੋਂ ਬਾਅਦ ਮੰਦਾਵਣੀ ਮਹੱਲਾ ਪੰਜਵਾਂ ਅਤੇ ਅਖੀਰ ਦੇ ਵਿੱਚ ਰਾਗ ਵਾਲਾ ਸੋ ਇਹ ਜਿਹੜਾ ਤਾਤਰਾ ਹੈ ਆਪਣੇ ਜਿਹੜੀ ਵੀ ਸਿੱਖ ਜਾਗਰਣ ਦੇ ਨਾਲ ਅਸੀਂ ਨਿਕਲਣ ਹਾਂ ਸਾਨੂੰ ਹਰ ਨੂੰ ਇਹ ਜਨਰਲ ਨੌਲੇਜ ਹੈ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਰਾਗੀ ਸਿੰਘਾਂ ਨੇ ਮੂਸਾ ਆਪਣੇ ਖੰਮਣ ਦੀ ਸਾਖੀ ਆਪਣੇ ਨੂੰ ਸੁਣਾਈ ਹੈ ਚੌਂ ਬੋਲੇ ਮਹੱਲਾ ਪੰਜਵਾਂ ਮੂਸੇ ਦੇ ਖੰਮਣ ਦੇ ਵਿੱਚ ਜੋ ਵਾਰਤਾਲਾਪ ਹੁੰਦੇ ਨੇ ਪੰਜਵੇਂ ਪਾਤਸ਼ਾਹ ਬਾਣੀ ਵਿੱਚ ਦਰਜ ਕਰਦੇ ਨੇ ਜਿੰਨਾ ਚਿਰ ਆਪਣਾ ਬਾਣੀ ਪੜ੍ਹਦੇ ਨਹੀਂ ਸਾਨੂੰ ਕੁਛ ਨਹੀਂ ਪਤਾ ਲੱਗਣਾ ਔਰ ਦੂਸਰੀ ਗੱਲ ਇਹ ਹੈ ਕਿ ਬਾਣੀ ਦੀਆਂ ਸਲੀਕਾਂ ਵੀ ਕਾਫੀ ਸਮੇਂ ਪੁਰਾਣੀ ਤੋਂ ਬਣੀਆਂ ਸੀਗੀਆਂ ਫਰੀਦਕੋਟ ਦੇ ਰਾਜਾ ਬਿਕਰਮ ਸਿੰਘ ਨੇ ਇਹ ਕੋਸ਼ਿਸ਼ ਕੀਤੀ ਸੀ ਵੱਡੇ ਵੱਡੇ ਮਹਾਂਪੁਰਖਾਂ ਨੂੰ ਸੱਦ ਕੇ ਟੀਕਾ ਤਿਆਰ ਕੀਤਾ ਉਹ ਟੀਕਾ ਇਸ ਕਰਕੇ ਤਿਆਰ ਕੀਤਾ ਕਿ ਬਾਣੀ ਦੀ ਸਮਝ ਸਾਰਿਆਂ ਨੂੰ ਨਹੀਂ ਪੈਂਦੀ ਕਿਉਂਕਿ ਬਾਣੀ ਜੋ ਹੈ ਗੁਰਮੁਖੀ ਦੇ ਵਿੱਚ ਲਿਖੀ ਜ਼ਰੂਰ ਹੈ ਲੇਕਿਨ ਜੋ ਭਾਸ਼ਾ ਰੱਖੀਆਂ ਗਈਆਂ ਨੇ ਇਹਦੇ ਵਿੱਚ ਉਹ ਪੰਜਾਬੀ ਹੈ ਹਿੰਦੀ ਆ ਫਾਰਸੀ ਸੰਸਕ੍ਰਿਤ ਅਤੇ ਇਹਦੇ ਵਿੱਚ ਅਰਬੀ ਦੇ ਵੀ ਸ਼ਬਦ ਨੇ ਕੁਛ ਇੰਗਲਿਸ਼ ਦੇ ਵੀ ਨੇ ਟੀਕਾ ਉਹਨੂੰ ਫਰੀਦਕੋਟ ਵਾਲਾ ਟੀਕਾ ਕਹਿੰਦੇ ਨੇ ਉਹਦੇ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਜੋ ਸਰਲ ਅਰਥ ਹੈ ਉਹ ਕੀਤਾ ਹੈ ਅਤੇ ਉਭਰਦੇ ਸਮੇਂ ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਦਾ ਗੁਰਬਾਣੀ ਪਾਠ ਦਰਸ਼ਨ ਜਿਹੜਾ ਪੂਰਾ ਟੀਕਾ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਉਹ ਵੀ ਪੜ੍ਹ ਸਕਦੇ ਹਾਂ ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਬਾਹਰ ਨੇ ਮੁਲਕ ਦੇ ਵਿੱਚ ਜਾਣਨ ਦਾ ਮੌਕਾ ਮਿਲਿਆ ਸਾਨੂੰ ਜਾਣਕਾਰੀ ਦਿੱਤੀ ਹੈ ਕਿਉਂਕਿ ਇੰਟਰਨੈਟ ਦੇ ਵਿੱਚ ਕਾਫੀ ਸੁਵਿਧਾ ਹੈ ਸੋ ਸਾਰੀਆਂ ਜੋ ਬਾਣੀਆਂ ਨੇ ਸਾਡੇ ਸਿੱਖ ਧਰਮ ਦੇ ਵਿੱਚ 3 ਗ੍ਰੰਥ ਨੇ ਗੁਰੂ ਦਾ ਦਰਜਾ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ ਗਿਆ ਉਸ ਤੋਂ ਬਾਅਦ 2 ਗ੍ਰੰਥ ਜਿਹੜੇ 10 ਗ੍ਰੰਥ ਅਤੇ ਸਤਿਗੁਰੂ ਗ੍ਰੰਥ ਜਿਹੜੇ 10ਵੇਂ ਪਾਤਸ਼ਾਹ ਦੀ ਬਾਣੀ ਹੈ ਸਤਿਗੁਰੂ ਗ੍ਰੰਥ ਦਾ ਆਪਾਂ ਸ਼ਾਇਦ ਕਦੇ ਸੁਣਿਆ ਵੀ ਹੋਏਗਾ ਪਰ ਮੈਂ ਸਾਰੀਆਂ ਬਾਣੀਆਂ ਡਾਊਨਲੋਡ ਕਰਕੇ ਫੋਲਡਰ ਬੁਲਾਇਆ ਅਤੇ ਆਪਣੇ ਨਾਲ ਮੈਂ ਚਿਪੜੀ ਲੈ ਕੇ ਆਇਆ ਜੇ ਕੋਈ ਪੜ੍ਹਨਾ ਚਾਹੁੰਦਾ ਹੈ ਅਤੇ ਉਹ ਆਪਣੇ ਇੰਟਰਨੈਟ 'ਤੇ ਉਹਨੂੰ ਕਾਪੀ ਕਰ ਸਕਦਾ ਹੈ ਸੋ ਮੈਂ ਜ਼ਿਆਦਾ ਸਮਾਂ ਨਹੀਂ ਕਮਾਉਣਾ ਮੈਂ ਇੱਕੋ ਬੇਨਤੀ ਕਰਾਂਗਾ ਕਿ ਜੇ ਆਪਣੀ ਜ਼ਿੰਦਗੀ ਸਫਲ ਕਰਨੀ ਹੈ ਤਾਂ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਸਾਰਿਆਂ ਨੂੰ ਸੁਣੋ ਅਤੇ ਜਾਂ ਪੜ੍ਹੋ ਫਿਰ ਹਰ ਸਵਾਲ ਦਾ ਜੋ ਜਵਾਬ ਹੈ ਸੱਚੇ ਪਾਤਸ਼ਾਹ ਤੁਹਾਨੂੰ ਦੇਣਗੇ ਔਰ ਮੈਂ ਪੂਰੀ ਗਰੰਟੀ ਨਾਲ ਇਹ ਗੱਲ ਕਹਿੰਦਾ ਕਿ ਬੰਦੇ ਦੇ ਮਨ ਵਿੱਚ ਜਿੰਨੇ ਵੀ ਖਿਆਲ ਨੇ ਜਿੰਨੇ ਵੀ ਸਵਾਲ ਨੇ ਕੱਲਾ ਨਾਲ ਕੁਛ ਨਹੀਂ ਮਿਲਣਾ ਸੋ ਮੈਂ ਇੰਨਾ ਕੁਛ ਕਹਿੰਦਾ ਖਿਮਾ ਦਾ ਜਾਚਕ ਹਾਂ ਆਪ ਜੀ ਨੇ ਇਸ ਸਥਾਨ 'ਤੇ ਆ ਕੇ ਦੱਸਦਿਆਂ ਖੁਸ਼ੀਆਂ ਨੂੰ ਜਤਾਇਆ ਹੈ ਆਪ ਜੀ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਅਖੀਰ ਦੇ ਇਹਦੇ ਕੁਛ ਮੇਰੇ ਪਰਿਵਾਰ ਵੱਲੋਂ ਜੋ ਸੇਵਾ ਗੁਰਦੁਆਰੇ ਵਾਸਤੇ ਜਠੇਰਿਆਂ ਵਾਸਤੇ ਹੋਈ ਹੈ ਉਹ ਮੈਂ ਦੱਸਣਾ ਚਾਹਾਂਗਾ ਪਿੰਡ ਦੇ ਗੁਰਦੁਆਰੇ ਵਾਸਤੇ 1100 ਰੁਪਈਆ ਔਰ ਜਠੇਰਿਆਂ ਵਾਸਤੇ 1100 ਰੁਪਈਆ ਬਾਬਾ ਜੋਗੀ ਪੀਰ ਜਗ੍ਹਾ ਵਾਸਤੇ 1100 ਰੁਪਈਆ ਔਰ ਧਰਮਸ਼ਾਲਾ ਵਾਸਤੇ 1100 ਰੁਪਈਆ ਸ਼ਹੀਦ ਬਾਬਾ ਗੋਲੜਿਆ ਸਿੰਘ ਜੀ ਵਾਸਤੇ 5100 ਰੁਪਈਆ ਔਰ ਇਸ ਤੋਂ ਬਾਅਦ ਅਗਲੇ ਐਤਵਾਰ ਅਖੰਡ ਪਾਠ ਦੇ ਭੋਗ ਪੈਣਗੇ ਸ਼ਹੀਦ ਬਾਬਾ ਗੋਲੜਿਆ ਸਿੰਘ ਦੇ ਸਥਾਨ 'ਤੇ ਉੱਥੇ ਆਪ ਜੀ ਨੇ ਸਾਰਿਆਂ ਨੇ ਆ ਕੇ ਰੌਣਕਾਂ ਨੂੰ ਵਧਾਉਣਾ ਹੈ ਹੱਥ ਬੰਨ ਕੇ ਬੇਨਤੀ ਹੈ ਜਿਸ ਤਰ੍ਹਾਂ ਆਪ ਜੀ ਇਸ ਸਥਾਨ 'ਤੇ ਆਏ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਸ਼ਹੀਦ ਬਾਬਾ ਗੋਲੜਿਆ ਸਿੰਘ ਦੇ ਸਥਾਨ 'ਤੇ ਆ ਕੇ ਵੀ ਰੌਣਕਾਂ ਨੂੰ ਵਧਾਉਣਾ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੰਨਾ ਕੁਛ ਕਹਿੰਦਾ ਖਿਮਾ ਦਾ ਜਾਚਕ ਅਗਰ ਕੋਈ ਗਲਤੀ ਹੋ ਗਈ ਹੋਵੇ ਸਾਡੇ ਪ੍ਰਸ਼ਨ ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਿਵਾ ਬਰਮੋਹੇ ਹੈ ਸ਼ੁਭ ਕਰ ਮਨ ਤੇ ਕਬਹੂ ਨਾ ਤਰੋ ਸ਼ੁਭ ਕਰ ਮਨ ਤੇ ਕਬਹੂ ਨਾ ਤਰੋ
देह शिवा वर मोही है वर मोही है शुभ कर मनते कब हूँ ना करो शुभ कर मनते कब हूँ ना करो निश्चय कर अपनी जीत करो ना डरो अरसो जब जाए लगो निश्चय कर अपनी जीत करो चांदन खुशिया दा छाम नाल मनाए ਕਹੇ ਸੁਣ ਪਾਪੀ ਇਹੀ ਰੇ ਛਣਕ
صورت دکھاؤنی